ਸਾਡੇ ਦੇਸ਼ ਦੀ ਵੀ ਅਜੀਬ ਦਾਸਤਾਂ ਇੱਕ ਪਾਸੇ ਤਾਂ ਜਿੱਥੇ ਸਾਡੇ ਦੇਸ਼ ਤੇ ਕਈ ਸਿਆਸਦਾਨ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਦੇਸ਼ ਹੀ ਵੇਚ ਗਏ ਉੱਥੇ ਹੀ ਇਸੇ ਦੇਸ਼ ਦੇ ਵਿੱਚ ਜਿਹੜਾ ਕਿਸਾਨ ਹੈ ਕਿਸਾਨ ਨੂੰ ਜਿਹੜੀ ਆਪਣੀ ਫਸਲ ਹੈ ਉਹ ਫਸਲ ਵੇਚਣ ਦੇ ਲਈ ਮੰਡੀਆਂ ਦੇ ਵਿੱਚ तमाम ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਜਿੱਥੇ ਇੱਕ ਪਾਸੇ ਜਿਹੜੇ ਸੈਟਲਾਈਟ ਨੇ ਉਹ ਸੈਟਲਾਈਟ ਇਹ ਗੱਲ ਦੇਖ ਲੈਂਦੇ ਨੇ ਕਿ ਕਿਹੜੇ ਕਿਸਾਨ ਦੇ ਖੇਤ ਦੇ ਵਿੱਚ ਪਰਾਲੀ ਨੂੰ ਅੱਗ ਲਾਈ ਹੋਈ ਹੈ ਕਿਹੜਾ ਕਿਸਾਨ ਆਪਣੇ ਖੇਤ ਦੇ ਵਿੱਚ ਪਰਾਲੀ ਨੂੰ ਅੱਗ ਲਾ ਰਿਹਾ ਝੋਨੇ ਦੇ ਨਾੜ ਨੂੰ ਸਾੜ ਰਿਹਾ ਸੈਟਲਾਈਟ ਹਜ਼ਾਰਾਂ ਕਿਲੋਮੀਟਰ ਦੂਰ ਉੱਪਰੋਂ ਅਸਮਾਨ ਦੇ ਵਿੱਚੋਂ ਦੇਖ ਲੈਂਦੇ ਨੇ ਪ੍ਰਸ਼ਾਸਨ ਨੂੰ ਜਾਣਕਾਰੀ ਦੇ ਦਿੰਦੇ ਨੇ ਦੂਜੇ ਪਾਸੇ ਇਹਨਾਂ ਸੈਟੇਲਾਈਟਾਂ ਨੂੰ ਕਿਉਂ ਨਹੀਂ ਦਿਖਦਾ ਕਿ ਜਿਹੜੇ ਲੋਕ ਸਾਡੇ ਨੌਜਵਾਨਾਂ ਦੀ ਰਗਾਂ ਦੇ ਵਿੱਚ ਡਰਗ ਸਪਲਾਈ ਕਰ ਰਹੇ ਨੇ ਉਹ ਲੋਕ ਸੈਟੇਲਾਈਟ ਨੂੰ ਕਿਉਂ ਨਹੀਂ ਦਿਖਦੇ ਸੈਟੇਲਾਈਟ ਨੂੰ ਕਿਉਂ ਨਹੀਂ ਦਿਖਦਾ ਕਿ ਹਰ ਰੋਜ਼ ਪੰਜਾਬ ਦੇ ਤਿੰਨ ਤੋਂ ਪੰਜ ਜਿਹੜੇ ਕਿਸਾਨ ਨੇ ਉਹ ਕਿਸਾਨ ਖੁਦਕੁਸ਼ੀ ਕਰ ਰਹੇ ਨੇ ਕਰਜ਼ਿਆਂ ਕਰਕੇ ਮਰ ਰਹੇ ਨੇ ਸੈਟੇਲਾਈਟ ਨੂੰ ਇਹ ਚੀਜ਼ ਕਿਉਂ ਨਹੀਂ ਦਿਖਦੀ ਸਾਡੇ ਦੇਸ਼ ਦਾ ਜਿਹੜਾ ਕਿਸਾਨ ਹੈ ਇਹਦੀ ਵੀ ਜਿਹੜੀ ਹੋਣੀ ਹੈ ਉਹ ਹੋਣੀ ਅਜੀਬ ਹੋਣੀ ਹੈ ਇੱਕ ਪਾਸੇ ਜਿੱਥੇ ਸਰਕਾਰਾਂ ਵੱਲੋਂ ਵੱਡੇ ਤਾਂ ਜਾਮ ਸਰਜ ਕੇ ਕਿਸਾਨਾਂ ਨੂੰ ਹੱਲਾਸ਼ੇਰੀ ਦੇਣ ਦੇ ਲਈ ਨਾਰੇ ਦਿੱਤੇ ਜਾਂਦੇ ਨੇ ਕਿ ਜੈ ਕਿਸਾਨ ਜਦੋਂ ਜਦੋਂ ਉਸੇ ਕਿਸਾਨ ਦੀ ਜੈ ਕਰਨ ਦਾ ਵੇਲਾ ਆਉਂਦਾ ਯਾਨੀ ਕਿ ਫਸਲਾਂ ਚੁੱਕਣ ਦਾ ਵੇਲਾ ਆਉਂਦਾ ਅਖਰ ਸਰਕਾਰਾਂ ਪਿੱਠ ਕਿਉਂ ਮੋੜ ਲੈਂਦੀਆਂ ਨੇ ਇਹ ਇੱਕ ਵੱਡਾ ਸਵਾਲ ਹੈ ਕਿ ਇਸ ਦੇਸ਼ ਦਾ ਕਿਸਾਨ ਦੇਸ਼ ਦੀਆਂ ਸਰਕਾਰਾਂ ਦੇ ਲਈ ਦੇਸ਼ ਦੀ سرمਾਈਦਾਰੀ ਦੇ ਲਈ ਕੋਈ ਰੋਲ ਨਹੀਂ ਨਵਾਂ ਹੁੰਦਾ ਜਿੱਥੇ ਇੱਕ ਪਾਸੇ ਦੇਸ਼ ਦੀਆਂ ਸਰਕਾਰਾਂ ਸੂਬਿਆਂ ਦੀਆਂ ਸਰਕਾਰਾਂ ਜਾਂ ਦੁਨੀਆ ਦੀਆਂ ਸਰਕਾਰਾਂ ਕਾਰਪੋਰੇਟਾਂ ਦਾ ਕਰਜ਼ਾ ਇਹ ਕਹਿ ਕੇ ਮਾਫ ਕਰ ਦਿੰਦੀਆਂ ਨੇ ਕਿ ਕਾਰਪੋਰੇਟ ਜਿਹੜੇ ਹੈਗੇ ਨੇ ਉਦਯੋਗ ਜਗਤ ਹੈ ਇਹ ਆਪਣੀ ਜਿਹੜੀ ਭੂਮਿਕਾ ਦੇਸ਼ ਦੇ ਵਿਕਾਸ ਦੇ ਵਿੱਚ ਨਿਭਾ ਰਿਹਾ ਕੀ ਫਿਰ ਕਿਸਾਨ ਆਪਣੀ ਭੂਮਿਕਾ ਦੇਸ਼ ਦੇ ਵਿਕਾਸ ਦੇ ਵਿੱਚ ਨਹੀਂ ਨਿਭਾ ਰਿਹਾ ਕਿਸਾਨ ਤਾਂ ਇਸ ਤੋਂ ਅਗਲੀ ਗੱਲ ਕਰਦਾ ਕਿਸਾਨ ਦੀ ਭੂਮਿਕਾ ਤਾਂ ਇਸ ਤੋਂ ਅਗਲੀ ਹੈ ਉਹ ਅਗਲੀ ਹੈਗੀ ਹੈ ਕਿ ਕਿਸਾਨ ਇਸ ਦੇਸ਼ ਦਾ ਢਿੱਡ ਭਰ ਰਿਹਾ ਦੁਨੀਆ ਦਾ ਕਿਸਾਨ ਢਿੱਡ ਭਰ ਰਿਹਾ ਵਿਕਾਸ ਦੇ ਵਿੱਚ ਯੋਗਦਾਨ ਦੀ ਗੱਲ ਛੱਡੋ ਉਹ ਤਾਂ ਮਨੁੱਖਤਾ ਦੇ ਵਿਕਾਸ ਦੇ ਵਿੱਚ ਯੋਗਦਾਨ ਪਾ ਰਿਹਾ ਮਨੁੱਖਤਾ ਦਾ ਵਿਕਾਸ ਤੇ ਮਨੁੱਖਤਾ ਦੇ ਲਈ ਚੀਜ਼ਾਂ ਦੇ ਵਿਕਾਸ ਦਾ بڑا ਜਿਹੜਾ ਫਰਕ ਹੈ ਉਹ ਉਹ ਫਰਕ ਹੁੰਦਾ ਇੱਕ ਪਾਸੇ ਕਿਸਾਨ ਜਿਹੜਾ ਆਪ ਭੁੱਖੇ ਢਿੱਡ ਰਹਿ ਕੇ ਲਗਾਤਾਰ ਦੇਸ਼ ਨੂੰ ਅਨਾਜ ਸਪਲਾਈ ਕਰ ਰਿਹਾ ਉਸ ਕਿਸਾਨ ਦਾ ਝੋਨਾ ਮੰਡੀਆਂ ਦੇ ਵਿੱਚ ਰੁੜ ਕਿਉਂ ਰਿਹਾ ਜੇਕਰ ਕਿਸਾਨ ਆਪਣੇ ਇਸ ਝੋਨੇ ਦੀ ਸਪਲਾਈ ਦੇ ਲਈ ਜੇਕਰ ਕਿਸਾਨ ਆਪਣੀ ਫਸਲ ਜਿਹੜੀ ਹੈਗੀ ਹੈ ਜਾਨ ਉਹਨਾਂ ਦੀ ਹੈਗੀ ਨੂੰ ਚੱਕਣ ਦੇ ਲਈ ਜੇਕਰ ਮੰਡੀਆਂ ਦੇ ਵਿੱਚ ਅੱਜ ਕਿਸਾਨ ਰੁੜ ਰਿਹਾ ਜੇਕਰ ਮੰਡੀ ਤੋਂ ਬਾਹਰ ਨਿਕਲ ਕੇ ਸੜ ਤੇ ਸੜ ਕੇ ਸੜਕ ਦੇ ਉੱਪਰ ਬੈ ਕੇ ਧਰਨਾ ਲਾ ਲੈਂਦਾ ਤਾਂ ਇਹਦਾ ਕਸੂਰ ਵੀ ਕਿਸਾਨਾਂ ਦੇ ਸਿਰ ਮੜਤਾ ਜਾਂਦਾ ਕਿ ਕਿਸਾਨ ਗਵਾਰ ਨੇ ਕਿਸਾਨ ਨੂੰ ਅਕਲ ਨਹੀਂ ਕਿਸਾਨ ਰਾਸਾ ਰੋਕਦੇ ਨੇ ਲੋਕਾਂ ਨੂੰ ਖੱਜਲ ਖਵਾਰ ਕਰਦੇ ਨੇ ਕੀ ਜੇਕਰ ਕਿਸਾਨਾਂ ਦੇ ਨਾਲ ਆਹੇ ਕੁਛ ਹੁੰਦਾ ਰਿਹਾ ਕਿ ਕੀ ਕਿਸਾਨ ਹੀ ਇਕੱਲੇ ਖੱਜਲ ਖਵਾਰ ਹੋਣਗੇ ਕਿ ਕਿਸਾਨ ਹੀ ਸਭ ਕੁਝ ਸਹੂਗਾ ਬਿਲਕੁਲ ਵੀ ਨਹੀਂ ਜੇਕਰ ਕਿਸਾਨ ਡੁੱਬ ਗਿਆ ਮਾਰਕੀਟ ਨੇ ਡੁੱਬ ਜਾਣਾ ਮਾਰਕੀਟ ਨੇ ਡੂ ਮਾਰਕੀਟ ਡੁੱਬ ਗਈ ਤਾਂ ਇਕਨੋਮੀ ਨੇ ਡੁੱਬ ਜਾਣਾ ਜਿਹੜੇ ਲੋਕਾਂ ਦੇ ਕਿਸਾਨਾਂ ਨੂੰ ਮੂਰਖ ਗਵਾਰ ਦੱਸਦੇ ਨੇ ਉਹਨਾਂ ਲੋਕਾਂ ਨੂੰ ਪਤਾ ਲੱਗ ਜਾਊਗਾ ਕਿ ਕਿਸ ਪਾ ਬਿਕਦੀ ਐ ਇੱਕ ਪਾਸੇ ਤਾਂ ਕਿਸਾਨਾਂ ਦੇ ਉੱਪਰ ਉਹ ਸਬਾਕੇ ਲਗਾਤਾਰ ਕਿਸਾਨਾਂ ਦੀਆਂ ਜਿਹੜੀ ਵਾਹੀਯੋਗ ਜ਼ਮੀਨਾਂ ਨੇ ਵਾਹੀਯੋਗ ਜ਼ਮੀਨਾਂ ਨੂੰ ਬਰਬਾਦੀਯੋਗ ਜ਼ਮੀਨਾਂ ਬਣਾਇਆ ਜਾ ਰਿਹਾ ਕਿਸਾਨਾਂ ਦੇ ਲੈਨਾਂ ਦੇ ਵਿੱਚੋਂ ਰੇਲਵੇ ਲਾਈਨ ਕੱਢ ਦੋ ਕੋਈ ਪੁੱਛਣ ਵਾਲਾ ਨਹੀਂ ਕਿਸਾਨਾਂ ਦੀ ਜ਼ਮੀਨ ਦੇ ਵਿੱਚੋਂ ਤੁਸੀਂ ਵੱਡੇ ਵੱਡੇ ਰੋਡ ਕੱਢ ਦੋ ਭਾਰਤ ਮਾਲਾ ਪ੍ਰੋਜੈਕਟ ਤਿਆਰ ਕਰ ਦੋ ਕੋਈ ਪੁੱਛਣ ਵਾਲਾ ਨਹੀਂ ਵੱਡੀਆਂ ਵੱਡੀਆਂ ਬਿਜਲੀ ਦੀਆਂ ਲਾਈਨਾਂ ਤੁਸੀਂ ਕਿਸਾਨਾਂ ਦੀਆਂ ਜ਼ਮੀਨਾਂ ਦੇ ਵਿੱਚੋਂ ਕੱਢ ਦੋ ਕੋਈ ਤੁਹਾਨੂੰ ਇੱਥੇ ਪੁੱਛਣ ਵਾਲਾ ਨਹੀਂ ਜੁਨਾ ਏਰੀਆ ਦੇ ਵਿੱਚ ਜ਼ਮੀਨ ਐਕਵਾਇਰ ਹੋਈਆਂ ਨੇ ਉਹਨਾਂ ਦੇ ਹਾਲਾਤ ਅੱਜ ਆਪਣੇ ਸਾਹਮਣੇ ਠੀਕ ਹੈ ਫੜਾ ਮਾਰਦ ਨੂੰ ਬਹੁਤ ਚੰਗਾ ਲੱਗਦਾ ਕਿ ਅੱਜ ਸਾਡੀ ਜਿਹੜੀ ਜ਼ਮੀਨ ਦਾ ਰੇਟ ਹੈ ਜ਼ਮੀਨ ਦਾ ਰੇਟ ਸਾਡਾ ਕਰੋੜਾ ਦੇ ਵਿੱਚ ਹੋ ਗਿਆ ਸਾਡੇ ਤਾਂ 2 ਕਰੋੜ ਦਾ ਕਿੱਲਾ ਸਾਡੇ 10 ਕਰੋੜ ਦਾ ਕਿੱਲਾ ਸਾਡੇ 15 ਕਰੋੜ ਦਾ ਕਿੱਲਾ ਸਾਡੇ 25 ਕਰੋੜ ਕਰੋੜ ਤੱਕ ਦੇ ਜਿਹੜੇ ਕਿੱਲੇ ਨੇ ਸਾਡੀਆਂ ਜ਼ਮੀਨਾਂ ਵੇਚ ਰਹੀਆਂ ਨੇ ਪਰ ਕਿਸਾਨਾਂ ਦਾ ਫਿਊਚਰ ਕੀ ਹੈ 25 ਕਰੋੜ ਦਾ ਕਿੱਲਾ ਵੇਚ ਗਏ ਇਹ ਵੀ ਇੱਕ ਵੱਡੀ ਗੱਲ ਹੈ ਦੂਜੇ ਪਾਸੇ ਕਿਉਂਕਿ ਪੰਜਾਬ ਦੇ ਵਿੱਚ ਜਾਂ ਹਰਿਆਣਾ ਦੇ ਵਿੱਚ ਜਿਹੜੀ ਕਿਸਾਨਾਂ ਦੇ ਨਾਲ ਜੁੜਿਆ ਕਿਉਂਕਿ ਸਾਡੇ ਸਾਡੇ ਇੱਥੇ ਕਾਸਟਿਜ਼ਮ ਵੀ ਵੱਡੇ ਤੌਰ ਦੇ ਉੱਪਰ ਡੋਮਿਨੇਟ ਕਰਦੀ ਹੈ ਭਾਵੇਂ ਆਪਾਂ ਜਿੰਨਾ ਮਰਜ਼ੀ ਕਹੀ ਜਾਈਏ ਕਿ ਅਸੀਂ ਜਾਤੀਵਾਦ ਨੂੰ ਮੰਨਦੇ ਨਹੀਂ ਸਾਡਾ ਤਾਂ ਵਿਚਾਰ ਉੱਪਰ ਹੈ ਸਾਡੀ ਤਾਂ ਫਲਸਫੀ ਉੱਪਰ ਹੈ ਇਹ ਗੱਲਾਂ ਨਹੀਂ ਪਰ ਜਦੋਂ ਤੁਸੀਂ ਗਰਾਊਂਡ ਲੈਵਲ ਦੇ ਉੱਪਰ ਜਾ ਕੇ ਵਿਚਰਦੇ ਹੋ ਤੁਹਾਨੂੰ ਸਾਰੀਆਂ ਚੀਜ਼ਾਂ ਉੱਥੇ ਇਹ ਦੇਖਣ ਨੂੰ ਮਿਲਦੀਆਂ ਠੀਕ ਹੈ ਪੋਲਿਟਿਕਸ ਦਾ ਆਪਣਾ ਇੱਕ ਵੱਡਾ ਰੋਲ ਹੈ ਇਹਦੇ ਵਿੱਚ ਪੋਲਿਟਿਕਸ ਆਪ ਸਾਰਿਆਂ ਨੂੰ ਵੰਡ ਕੇ ਰੱਖਦੀ ਹੈ ਸਾਰਾ ਕੁਝ ਮਿਲਦਾ ਕਿ ਜੱਟ ਜਿਹੜੀ ਇੱਕ ਕਾਸਟ ਹੈ ਉਹ ਵੱਡੇ ਤੌਰ ਦੇ ਉੱਪਰ ਖੇਤੀ ਦੇ ਵਿੱਚ ਡੋਮਿਨੇਟ ਕਰਦੀ ਹੈ ਤੇ ਕਹਿੰਦੇ ਨੇ ਕਿ ਜਗਰ ਜੱਟ ਦਾ ਕਿਲਾ 25 ਕਰੋੜ ਦਾ ਵਿਕ ਗਿਆ ਤਾਂ ਜੱਟ ਦੇ ਕੋਲੋਂ ਤਾਂ ਜਿਹੜੇ ਬੈਗਾਂ ਦੇ ਨੋਟ ਨੇ ਉਹ ਨੋਟ ਜੱਟਾਂ ਤੋਂ ਸਾਂਭੇ ਨਹੀਂ ਜਾਣੇ ਯਾਨੀ ਕਿ ਜੇ ਕਿਸੇ ਜੱਟ ਦਾ 25 ਕਰੋੜ ਦਾ ਕਿਲਾ ਵਿਕ ਗਿਆ ਤਾਂ ਨੋਟ ਨੇ ਜਿਹੜੇ ਜੱਟਾਂ ਤੋਂ ਉਹ ਸਾਂਭੇ ਨਹੀਂ ਜਾਣੇ ਇਹ ਸਾਡੀ ਜਿਹੜੀ ਖੋਖਲੇ ਵਿਚਾਰਤਾਰਾ ਇਹ ਕਿਸਾਨਾਂ ਨੂੰ ਦਿੱਤੀ ਗਈ ਹੈ ਕਿਉਂਕਿ ਜਿਹਨਾਂ ਦੇਸ਼ਾਂ ਦੇ ਵਿੱਚ ਜ਼ਮੀਨਾਂ ਐਕਵਾਇਰ ਹੋ ਕੇ ਵਿਕੀਆਂ ਨੇ ਜਿਹੜੇ ਸੋਬਿਆਂ ਦੇ ਵਿੱਚ ਵਿਕੀਆਂ ਨੇ ਜਿਹੜੇ ਸ਼ਹਿਰਾਂ ਦੇ ਵਿੱਚ ਵਿਕੀਆਂ ਨੇ ਜਿਹੜੇ ਏਰੀਆ ਦੇ ਵਿੱਚ ਵਿਕੀਆਂ ਨੇ ਉਹ ਸਾਰੀਆਂ ਚੀਜ਼ਾਂ ਤੁਹਾਡੇ ਸਾਹਮਣੇ ਆ ਅੱਜ ਜੇਕਰ ਕਿਸਾਨੀ ਕਿਸਾਨਾਂ ਦਾ ਝੋਨਾ ਰੁੱੜ ਰਿਹਾ ਠੀਕ ਹੈ ਆਮ ਆਦਮੀ ਪਾਰਟੀ ਬਲੇਮ ਗੇਮ ਖੇਡ ਰਹੀ ਆ ਕੋਈ ਵੀ ਸਰਕਾਰ ਹੈ ਬਲੇਮ ਗੇਮ ਖੇਡ ਰਹੀ ਆ ਭਾਜਪਾ ਦੀ ਪੰਜਾਬ ਦੀ ਇਕਾਈ ਇੱਥੇ ਆਮ ਆਦਮੀ ਪਾਰਟੀ ਨੂੰ ਕਹਿ ਰਹੀ ਆ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਉਹ ਭਾਜਪੀ ਦੇ ਉੱਪਰ ਜਿਹੜਾ ਸਾਰਾ ਗਲਵਾ ਜਾਂ ਟੋਰਾ ਉਹ ਛਾੜ ਰਿਹਾ। ਮਾਮਲਾ ਤਾਂ ਇਹ ਹੈ ਕਿ ਸਰਕਾਰਾਂ ਐਮਐਸਪੀ ਤੋਂ ਭੱਜਣਾ ਚਾਹੁੰਦੀਆਂ ਨੇ। ਜੇਕਰ ਅੱਜ 1 ਮਹੀਨਾ ਹੋ ਗਿਆ ਲਗਾਤਾਰ ਕਿਸਾਨਾਂ ਨੂੰ ਮੰਡੀ ਦੇ ਵਿੱਚ ਖੱਜਲ ਖੁਆਰ ਹੁੰਦਿਆਂ ਨੂੰ ਕਿਸਾਨਾਂ ਨੂੰ ਲਗਾਤਾਰ ਮੰਡੀ ਦੇ ਵਿੱਚ ਖੱਜਲ ਖੁਆਰ ਸਰਕਾਰਾਂ ਕਰਨਾ ਚਾਹੁੰਦੀਆਂ ਨੇ ਕਿਉਂਕਿ ਮਾਮਲਾ ਇਹ ਹੈ ਕਿ ਕਾਰਪੋਰੇਟ ਕਿਉਂ ਨਾ ਖੇਤੀ ਕਰਨ। ਵੱਡੇ-ਵੱਡੇ ਕਲਸਟਰ ਬਣਾ ਕੇ 8-8000, 10-10000 ਦੇ ਵੱਡੇ ਫਾਰਮ ਹਾਊਸ, ਵੱਡੇ ਫਾਰਮ, ਵੱਡੇ ਕਲਸਟਰ ਬਣਾ ਕੇ ਕਿਉਂ ਨਾ ਕਾਰਪੋਰੇਟ ਖੇਤੀ ਕਰਨ। ਕਿਸਾਨ ਕਿੱਥੇ ਜਾਣਗੇ? ਕਿਸਾਨ ਮਸੂਰੀ ਕਰਨ ਉਹਨਾਂ ਕਾਰਪੋਰੇਟ ਹਾਊਸਾਂ ਦੇ ਕੋਲੇ ਤੇ ਫਿਰ ਜਿਹੜਾ ਅਨਾਜ ਹੈ ਜਦੋਂ ਅਨਾਜ ਕਾਰਪੋਰੇਟ ਹਾਊਸਾਂ ਦੇ ਕੰਟਰੋਲ ਦੇ ਵਿੱਚ ਆ ਜਾਊਗਾ ਤਾਂ ਉਹ ਸਾਰੀ ਦੁਨੀਆ ਨੂੰ ਆਪ ਡੰਡੇ ਦੇ ਨਾਲ ਨਚਾ ਸਕਦੇ ਨੇ ਲੋੜ ਅਨਾਜ ਨੂੰ ਹਰ ਇੱਕ ਦੀ ਹੈ ਰੋਟੀ ਬਿਨਾ ਕਿਹੜਾ ਬੰਦਾ ਸਾਰ ਲੂਗਾ ਕਿਹੜਾ ਜਿਹੜਾ ਮਨੁੱਖ ਹੈ ਜੀਵ ਹੈ ਉਹ ਖਾਣੇ ਬਿਨਾ ਸਾਰ ਲੂਗਾ ਜਦੋਂ ਅਨਾਜ ਉਹਨਾਂ ਲੋਕਾਂ ਦੇ ਕੰਟਰੋਲ ਦੇ ਵਿੱਚ ਆ ਗਿਆ ਤਾਂ ਉਹ ਲੋਕਾਂ ਨੂੰ ਨਚਾਉਣਗੇ ਹੁਣ ਸਵਾਲ ਕਿਸਾਨਾਂ ਦੇ ਅੱਗੇ ਵਡਾ ਕੇ ਭਾਵੇਂ ਤੁਹਾਨੂੰ ਐਕ acquisition ਦੇ ਰਾਹੀਂ ਜਾਂ ਤੁਹਾਡੀ ਜ਼ਮੀਨ ਐਕਵਾਇਰ ਦੇ ਰਾਹੀਂ ਤੁਹਾਨੂੰ ਉਹ ਕਰੋੜਾਂ ਰੁਪਏ ਦੇ ਕੇ ਤੁਹਾਡੀਆਂ ਜ਼ਮੀਨਾਂ ਖਰੀਦਦੇ ਨੇ ਜਾਂ ਬਾਬੇ ਨਾਨਕ ਦੀ ਦਿੱਤੀ ਹੋਈ ਖੇਤੀ ਤੁਸੀਂ ਖੇਤੀ ਕਰ ਰਹੇ ਹੋ ਜਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਜਿਹੜੀਆਂ ਜ਼ਮੀਨਾਂ ਤੁਹਾਨੂੰ ਬਣਾ ਕੇ ਦਿੱਤੀਆਂ ਆਵਾਦ ਕਰਕੇ ਦਿੱਤੀਆਂ ਛੜਵਾ ਕੇ ਦਿੱਤੀਆਂ ਤੁਹਾਨੂੰ ਵਾਹੀਯੋਗ ਜ਼ਮੀਨਾਂ ਦੇ ਵਿੱਚ ਤੁਸੀਂ ਮਾਲਕ ਬਣਾਏ ਤੇ ਕੀ ਤੁਸੀਂ ਉਸ ਫਲਸਫੀ ਦੇ ਉੱਪਰ ਖੜੋਗੇ ਜਾਂ ਫਿਰ ਤੁਸੀਂ ਚਾਰ ਦੋਨਾਂ ਦੀ ਜਿਹੜੀ ਤੁਹਾਡੀ ਉਹ ਲਗਜ਼ਰੀ ਲਾਈਫ ਹੈ ਉਸ ਲਾਈਫ ਦੇ ਪਿੱਛੇ ਤੁਸੀਂ ਆਉਣ ਵਾਲੀਆਂ ਜਿਹੜੀਆਂ ਤੁਹਾਡੀਆਂ ਨਸਲਾਂ ਨੇ ਉਹਨਾਂ ਨਸਲਾਂ ਨੂੰ ਤੁਸੀਂ ਬਰਬਾਦ ਕਰ ਦੋਗੇ ਇਹ ਇੱਕ ਵੱਡਾ ਸਵਾਲ ਹੈ